ਨੂਰਾ ਸਿਸਟਰਸ ਪੰਜਾਬ ਦੇ ਨਾਲ ਨਾਲ ਹਿੰਦੁਸਤਾਨ 'ਚ ਗਾਇਕੀ ਦਾ ਮੰਨਿਆ ਪਰਮੰਨਿਆ ਨਾਂ, ਪਰ ਹੁਣ ਦੌਰ ਜਨਾਬ ਕੁਝ ਇੰਝ ਚੱਲ ਰਿਹਾ ਹੈ ਕਿ ਨਾਂ ਅਕਸਰ ਹੀ ਵਿਵਾਦਾਂ 'ਚ ਘਿਰਿਆ ਰਹਿੰਦਾ। ਉਹ ਚਾਹੇ ਨੂਰਾ ਸਿਸਟਰਸ ਦੇ ਪਰਿਵਾਰ 'ਤੇ ਦਹੇਜ ਦਾ ਮਾਮਲਾ ਹੋਵੇ, ਚਾਹੇ ਕੁੱਟਮਾਰ ਦਾ। ਅਤੇ ਹੁਣ ਨੂਰਾ ਸਿਸਟਰਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਫੇਸਬੁੱਕ ਵਟਸਐਪ ਆਦਿ 'ਤੇ ਵਾਇਰਲ ਹੋ ਰਹੀ ਹੈ, ਜਿਸ 'ਚ ਤੁਸੀਂ ਦੇਖ ਸਕਦੇ ਹੋ ਨੂਰਾ ਸਿਸਟਰਸ ਕਿਵੇਂ ਬਦਤਮੀਜ਼ੀ ਨਾਲ ਗੱਲ ਕਰ ਰਹੀਆਂ ਹਨ। ਅੱਗੇ ਸਾਡੇ ਕੋਲ ਤਾਂ ਸਟੇਜ 'ਤੇ ਚਾਹ ਵੀ ਨਹੀਂ ਪਹੁੰਚੀ। ਪਹਿਲਾਂ ਤਾਂ ਤੁਸੀਂ ਇਹ ਵੀਡੀਓ ਦੇਖੋ, ਉਸ ਤੋਂ ਬਾਅਦ ਅੱਗੇ ਵੱਧਦੇ ਹਾਂ। ਜੀ ਹੁਣ ਪੂਰੀ ਕਹਾਣੀ ਸੁਣੋ। ਅਸਲ 'ਚ ਹੁਸ਼ਿਆਰਪੁਰ 'ਚ ਬੀਤੀ 19 ਮਈ ਨੂੰ ਇੱਕ ਦਰਗਾਹ 'ਤੇ ਮੇਲੇ ਦਾ ਆਯੋਜਨ ਕੀਤਾ ਗਿਆ ਸੀ, ਜਿੱਥੇ ਮੇਲੇ ਦੇ ਪ੍ਰਬੰਧਕਾਂ ਨੇ ਨੂਰਾ ਸਿਸਟਰਸ ਨੂੰ ਬੁਲਾਇਆ। ਇਸ ਦੇ ਲਈ ਕਰੀਬ 2.5 ਲੱਖ ਰੁਪਏ ਵੀ ਉਹਨਾਂ ਨੇ ਅਦਾ ਕੀਤੇ। ਨੂਰਾ ਸਿਸਟਰਸ ਦੇ ਚਾਹੁਣ ਵਾਲੇ ਅਤੇ ਪ੍ਰਬੰਧਕ ਉਤਸ਼ਾਹ ਨਾਲ ਭਰੇ ਹੋਏ ਸੀ। 2.5 ਲੱਖ ਰੁਪਏ ਲੈ ਕੇ ਕਰੀਬ 2 ਘੰਟੇ ਸਟੇਜ 'ਤੇ ਨੂਰਾ ਸਿਸਟਰਸ ਨੇ ਗਾਉਣਾ ਸੀ। ਰਾਤ ਦੇ ਕਰੀਬ 10 ਵਜੇ ਉਹਨਾਂ ਦੇ ਗਾਉਣ ਦਾ ਸਮਾਂ ਸੀ, ਪਰ ਜਨਾਬ ਨੂਰਾ ਸਿਸਟਰਸ 2.5 ਲੱਖ ਰੁਪਏ ਲੈ ਕੇ 2.5 ਘੰਟਿਆਂ ਬਾਅਦ ਸਟੇਜ 'ਤੇ ਆਈਆਂ, ਜਿਸ ਤੋਂ ਬਾਅਦ ਕਰੀਬ 1.25 ਘੰਟਾ ਸਾਜ਼ੋ ਸਮਾਨ ਸੈੱਟ ਕਰਨ ਨੂੰ ਲਗਾ ਦਿੱਤਾ। ਜਿਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਨੂਰਾ ਸਿਸਟਰਸ ਦੇ ਚਾਹੁਣ ਵਾਲਿਆਂ ਦਾ ਗੁੱਸਾ, ਅਤੇ ਮੇਲੇ ਦੇ ਮੇਜ਼ਬਾਨ ਨੂੰ ਇਹ ਅਪੀਲ ਕਰਨੀ ਪਈ ਕਿ ਸਾਰੇ ਸ਼ਾਂਤ ਹੋ ਜਾਣ। ਅਤੇ ਨੂਰਾ ਭੈਣਾਂ ਨੇ ਕਥਿਤ ਤੌਰ 'ਤੇ ਪ੍ਰਬੰਧਕਾਂ ਨਾਲ ਬਦਤਮੀਜ਼ੀ ਕੀਤੀ, ਜਿਸ ਦੀ ਇਹ ਵੀਡੀਓ ਵਾਇਰਲ ਹੋ ਰਹੀ ਹੈ। ਹੁਣ ਤੁਹਾਨੂੰ ਉਸ ਮੇਲੇ ਦੇ ਪ੍ਰਬੰਧਕਾਂ ਅਤੇ ਚਸ਼ਮਦੀਦਾ ਦੀ ਵੀ ਸੁਣਾ ਦਈਏ। ਇਹ 19 ਤਰੀਕ ਦਾ ਪ੍ਰੋਗਰਾਮ ਸੀ ਸਾਡੇ। ਹਾਂਜੀ, ਪਹਿਲਾਂ ਗਾਇਕ ਆਏ ਆ, ਇੱਕ ਪਾਰਟੀ ਲੱਗੀ ਆ, ਉਹਨੇ ਗਾਇਆ, ਦੂਜੀ ਪਾਰਟੀ ਨੇ ਗਾਇਆ, ਤੀਜੀ ਪਾਰਟੀ ਜਦੋਂ ਆਈ ਆ ਉਹਨਾਂ ਨੇ ਚਾਹ ਦਾ ਰੌਲਾ ਪਾਇਆ। ਇਹਨਾਂ ਦਾ 10 ਵਜੇ ਦਾ ਟਾਈਮ ਸੀਗਾ ਜੀ, ਇਹ 12:20 ਤੇ ਸਾਡੇ ਕੋਲ ਪਹੁੰਚੀਆਂ, ਔਰ ਜਿਹੜੇ ਇਹ ਆਈਆਂ ਇਹਨਾਂ ਨੇ ਇੱਕ ਗਾਣਾ ਗਾਇਆ, ਦੂਸਰੇ ਗਾਣੇ 'ਤੇ ਚਾਹ ਦਾ ਰੱਫੜ ਪਾ ਕੇ ਬਹਿ ਗਈਆਂ ਵੀ ਸਾਨੂੰ ਚਾਹ ਨਹੀਂ ਮਿਲ ਰਹੀ, ਅਸੀਂ ਇੱਦਾਂ ਕਰਨੀ ਆ, ਸਾਡੇ ਵੀ ਢਿੱਡ ਮੰਗਦਾ ਫਲਾਹ ਮੰਗਦਾ, ਇਹਨਾਂ ਨੇ ਉੱਥੇ ਰੌਲਾ ਰੱਪਾ ਪਾਉਣਾ ਸੈੱਟ ਕਰਦੇ, ਇਹਨਾਂ ਨੂੰ 40-45 ਮਿੰਟ ਲਾਏ ਇਹਨਾਂ ਨੇ। ਉਹਨਾਂ ਤੋਂ ਬਾਅਦ ਫਿਰ ਇਹ ਚਾਹ ਦਾ ਰੌਲਾ ਪਾ ਕੇ ਬਹਿ ਗਏ ਆ, ਉਹਦੇ ਇੱਕ ਗਾਣਾ ਗਾਇਆ, ਇਹ ਆਪਣਾ ਝੋਲ ਤਪੜਾ ਚੱਕੇ ਤੋਂ ਤੁਰਦੇ ਹੋਏ। ਇਹ ਕਿੰਨੇ ਕੁ ਪੈਸਿਆਂ ਦੇ ਵਿੱਚ ਇਹ ਤੁਸੀਂ ਸਾਡਾ 2,45,000 ਸੀ। ਇਹਨਾਂ ਨੇ ਸਾਡੀ ਜਗ੍ਹਾ ਦਾ ਬਹੁਤ ਅਪਮਾਨ ਕੀਤਾ। ਤੁਸੀਂ ਹਰ ਸਾਲ ਦੇਖਣ ਆਉਂਦੇ, ਵਧੀਆ ਪ੍ਰੋਗਰਾਮ ਹੈ, ਜਗ੍ਹਾ 'ਤੇ ਮੱਥਾ ਟੇਕਣ ਵੀ ਆਉਂਦੇ। ਉਸ ਦਿਨ ਪਹਿਲਾਂ ਤਾਂ ਵਧੀਆ ਸਿੰਗਰ ਲੱਗੇ, ਜਦੋਂ ਇਹਨਾਂ ਦੀ ਆਈ ਵਾਰੀ, ਇਹ ਕਦੀ ਚਾਹ ਮੰਗਣ, ਕਦੀ ਕੁਛ ਕਰਨ, ਕਹਿੰਦੇ ਪਿੱਛੋਂ ਹੀ ਲੜ ਕੇ ਆਏ ਵੀ ਸੀ ਕਦੋਂ ਘਰੋਂ, ਮੇਰੇ ਹਿਸਾਬ ਉਹ ਤਾਂ ਆਈ ਸੀ, ਪਰ ਇਹ ਮੇਲਾ ਸਾਰੇ ਉਹਨੇ ਖਰਾਬ ਕੀਤਾ। ਹੁਣ ਰੱਬ ਜਾਣੇ ਇਸ ਮਾਮਲੇ 'ਚ ਸੱਚਾਈ ਕਿੰਨੀ ਕੁ ਹੈ, ਪਰ ਹੁਸ਼ਿਆਰਪੁਰ ਇਲਾਕੇ 'ਚ ਜਿੱਥੇ ਨੂਰਾ ਸਿਸਟਰਸ ਦੀ ਤਾਰੀਫ ਹੁੰਦੀ ਸੀ, ਅੱਜ ਉਹ ਇਲਾਕਾ ਉਹਨਾਂ ਦੀਆਂ ਬੁਰਾਈਆਂ ਕਰਦਾ ਨਹੀਂ ਥੱਕ ਰਿਹਾ। ਹੁਸ਼ਿਆਰਪੁਰ ਤੋਂ ਸੁਨੀਲ ਲਾਖਾ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ।